मॉर्निंग, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਚੈਟ ਮਿਸ ਸਕਿੱਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਸੋ ਟਾਈਮ 8:30 ਦਾ ਹੋ ਚੁੱਕਾ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਲੌਗ ਦੀ। ਥੋੜਾ ਜਿਹਾ ਲੇਟ ਹੋ ਗਈ ਮੈਂ, ਮੈਨੂੰ ਇਹ ਸੀ ਕਿ ਜਲਦੀ ਜਲਦੀ ਚੱਲਾਂਗੇ ਅੱਜ ਨੀਚੇ, ਕਿਉਂਕਿ ਅੱਜ ਮੈਨੂੰ ਬਹੁਤ ਸਾਰੇ ਕੰਮ ਨੇ, ਮਾਰਕੀਟ ਜਾਣਾ ਮੈਂ। ਸੋ ਚਲੋ ਹੁਣ ਵੀ ਮੈਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਫਟਾਫਟ ਹੁਣੇ ਆ ਰੈਡੀ ਤੇ ਫਿਰ ਆਪਾਂ ਚੱਲਦੇ ਹਾਂ ਨੀਚੇ। ਨੀਚੇ ਜਾ ਕੇ ਫਿਰ ਆਪਾਂ ਮਾਰਕੀਟ ਦਾ ਜਿਹੜੇ ਮੈਨੂੰ ਇਹ ਆ ਕਿ ਅੱਜ ਮੈਂ ਜਿੰਨੇ ਕੰਮ ਨੇ ਮਾਰਕੀਟ ਦੇ ਸਾਰੇ ਕਰ ਦਵਾਂ, ਚਾਹੇ ਮੈਂ ਟਿਊਸ਼ਨ ਤੋਂ ਛੁੱਟੀ ਕਰਨੀ ਪੈ ਜਾਵੇ ਬੱਚਿਆਂ ਨੂੰ। ਚਲੋ ਜ਼ਿਆਦਾ ਦੇਰ ਨਾ ਕਰੀਏ ਅਤੇ ਚੱਲੀਏ ਫਿਰ ਮਾਰਕੀਟ। ਜੀ ਮੈਂ ਹੋ ਗਿਆ ਰੈਡੀ, ਟਾਈਮ 9:30 ਦਾ ਹੋ ਗਿਆ। ਸੋ ਚਲੋ ਹੁਣ ਆਪਾਂ ਚੱਲੀਏ ਨੀਚੇ ਅਤੇ ਫਟਾਫਟ ਫਿਰ ਇੰਦਰਜੀਤ ਤੋਂ ਪੈਸੇ ਲੈ ਕੇ ਚੱਲੀਏ ਮਾਰਕੀਟ ਅਤੇ ਸਾਰੇ ਕੰਮ ਕਰਕੇ ਆਈਏ ਜੋ ਜੋ ਮੈਂ ਕਰਨੇ ਆ ਕੰਮ। ਮੈਨੂੰ ਕੀ ਨੇ, ਇੱਕ ਤਾਂ ਘਰ ਲਈ ਆਪਾਂ ਮੰਦਰ ਬਣਵਾਇਆ, ਉਹਦੇ ਵਿੱਚ ਜਿਹੜੀ ਫੋਟੋ ਲਾਉਣੀ ਆ ਉਹ ਮੈਂ ਬਣਾਉਣੀ ਦੇਣੀ ਆ। ਸੋ ਉਮੀਦ ਕਰਦੀ ਹਾਂ ਕਿ ਬਣੀ ਜਾਊਗੀ ਜੋ ਸਾਈਜ਼ ਮੈਨੂੰ ਚਾਹੀਦਾ ਆ ਮੰਦਰ ਦੇ ਅਕੋਰਡਿੰਗ। ਔਰ ਸੈਕਿੰਡਲੀ ਆਪਾਂ ਇੱਕ ਲੈਂਪ ਜਿਹੇ ਲੈ ਕੇ ਆਏ ਸੀ, ਉਹ ਜੁਆਇੰਟ ਨਹੀਂ ਕਰਨੇ ਆਏ ਹੈਗੇ, ਆਪਾਂ ਉੱਥੇ ਸ਼ੋਪ 'ਤੇ ਜਾਣਾ, ਉਹ ਜੁਆਇੰਟ ਕਰਵਾਉਣੇ ਨੇ। ਔਰ ਉਸ ਤੋਂ ਬਾਅਦ ਕੀ ਕੰਮ ਹੈ, ਹਾਂ ਉਸ ਤੋਂ ਬਾਅਦ ਥੋੜ੍ਹੇ ਜਿਹੇ ਗਿਫਟ ਖਰੀਦਣੇ ਆਪਾਂ ਨੇ। ਸੋ ਚਲੋ ਡੀਮਾਰਟ ਦੀ ਸ਼ੋਪਿੰਗ ਆਪਣੀ ਕਰ ਲਈ ਆ ਡਨ। ਦੀਵੇ ਵਗੈਰਾ ਲੈਣੇ ਸੀ ਉਹ ਵੀ ਆਪਣੇ ਲਏ ਗਏ, ਮਾਰ ਦੇ ਤਾਂ ਫਿਰ ਹੁਣ ਆਪਾਂ ਚੱਲੇ ਹਾਂ ਮਿਸਟਰ ਡੀਏ ਬਾਈ ਅਤੇ ਥੋੜ੍ਹਾ ਸਮਾਨ ਦੇਖਿਆ ਸਟੋਰ ਡੈਕੋਰੇਸ਼ਨ ਕਿੰਨੀ ਸੋਹਣੀ ਆ ਉੱਪਰ ਪੁੱਟਾ ਹੀ ਕੈਮਰਾ ਕਰਤਾ ਇਹਦੇ ਨਾਲ ਦਾ ਲੈ ਕੇ ਗਈ ਹਾਂ ਮੈਂ ਸਕਾਈ ਕਲਰ ਦਾ ਸੂਟ ਇਹਨਾਂ ਦੇ ਸੇਮ ਖੁੱਲ੍ਹਾ ਬਹੁਤ ਜ਼ਿਆਦਾ ਡੀਵੇ ਖਰੀਦਣ ਲੱਗ ਗਈ ਲੈ ਲਈ ਚਾਰ ਦਰਜਣ ਹਟੜੀ ਲੈ ਲਈ ਬਾਕੀ ਸਾਰੇ ਬਾਜ਼ਾਰ ਦੀ ਸ਼ੋਪਿੰਗ ਕਰਕੇ ਮਸਾਂ ਨਿਕਲ ਗਏ ਹਾਂ ਬਾਜ਼ਾਰ ਚੋਂ ਤਾਂ ਅਸੀਂ ਆਪਾਂ ਆ ਗਏ ਘਰ ਅਤੇ ਵਾਲਾਂ ਦਾ ਬੁਰਾ ਹਾਲ ਹੋ ਜਾਂਦਾ ਮੇਰੀ ਪੋਨੀ ਛੋਟੀ ਹੋ ਗਈ ਅਤੇ ਫੜੋ ਜੀ ਬੈਗ ਜੋਬਰ ਕਿੱਥੇ ਆ ਅਸੀਂ ਅੱਜ ਕੀ ਲੈ ਕੇ ਆਏ ਦਿਖਾਉਂਦੇ ਇਹ ਰਹੀ ਸਾਡੀ ਅੱਜ ਦੀ ਸ਼ੋਪਿੰਗ ਇਹ ਆਪਾਂ ਲਏ ਦੀਵੇ ਇਹ ਫਰੈਗਰੈਂਸ ਵਾਲੇ ਆ ਇਹ ਨੋਰਮਲ ਆ ਠੀਕ ਹੈ ਔਰ ਇਹ ਲਏ ਨੇ ਆਪਾਂ ਦੀਵਿਆਂ ਲਈ ਲੈਂਪ ਨਿਊ ਮੰਦਰ ਬਣਾਇਆ ਉਹਦੇ ਵਿੱਚ ਰੱਖਣੇ ਆ ਇਹ ਮੈਂ ਉੱਥੇ ਤਾਂ ਸੋਚਿਆ ਸੀ ਕਿ ਡਾਇਨਿੰਗ ਟੇਬਲ 'ਤੇ ਰੱਖੂੰਗੀ ਬਾਕੀ ਦੀਵਾਲੀ ਵਾਲੇ ਦਿਨ ਦੇਖਦੇ ਹਾਂ ਕਿੱਥੇ ਰੱਖਾਂਗੇ ਇਹ ਵੀ ਦੀਵੇ ਦੇ ਲੈਂਪ ਨੇ ਦੀਵਾ ਰੱਖਾਂਗੇ ਇਹਦੇ ਵਿੱਚ ਅੱਛਾ ਲੱਗ ਰਿਹਾ ਔਰ ਇਹ ਲਏ ਮੈਂ ਡੱਬੇ ਦਾਲਾਂ ਵਗੈਰਾ ਪਾਉਣ ਲਈ 589 ਦਾ ਇਹ ਲਈਆਂ ਅਸੀਂ ਹਟੜੀਆਂ ਜਸਵਿੰਦਰ ਨੇ ਵੀ ਲਈ ਮੈਂ ਵੀ ਲਈ ਇਹਦੇ ਨਾਲ ਦੀ ਹਟੜੀ ਦੀਵੇ ਲੈ ਲਏ ਅਸੀਂ ਫੋਟੋਆਂ ਲੈ ਲਈਆਂ ਇਹ ਤਾਂ ਰਹਿਣ ਦੇ ਪੈਕਿੰਗ ਰਹਿਣ ਦੇ ਹਾਂ ਇੱਕ ਮੈਂ ਲੜੀ ਲਈ ਆ ਕਿੰਨੇ ਕਿੰਨੇ ਮੀਟਰ ਕਹਿੰਦਾ ਸੀ 60 ਮੀਟਰ ਲਈ ਆ ਇਹਨੂੰ ਆਪਾਂ ਉਹ ਸਿਖਰ ਤੇ ਲਾਉਂਗੀ ਬਨੇਰੇ ਤੇ ਸਾਰੇ ਤੇ ਚਲੋ ਹੁਣ ਆਪਾਂ ਬਾਹਰੇ ਦੇਖੀ ਇੰਦਰਜੀਤ ਦਾ ਤਾਂ ਅੱਜ ਉਹਨੇ ਲੜੀਆਂ ਲਗਵਾਉਣੀਆਂ ਸੀ ਲਗਵਾਈਆਂ ਹੀ ਨਹੀਂ ਹੋਣੀਆਂ ਦਿਖੀਆਂ ਤਾਂ ਹੈ ਨਹੀਂ ਮੇਰੇ ਤੋਂ ਬਿਨਾਂ ਕਿੱਥੇ ਕੋਈ ਕੰਮ ਹੋ ਜੂ ਇੱਥੇ ਚਲੋ ਦੇਖਦੇ ਹਾਂ ਦੀਵਾਲੀ ਦੀ ਸਫਾਈ ਆਹ ਮਿੱਟੀ ਰੋਜ਼ ਸੁਖਦੀਪ ਨੇ ਇਕੱਠੀ ਕੀਤੀ ਹੋਈ ਹੈ ਨਹੀਂ ਦੇਖ ਲਾ ਭਰਤ ਪਾਉਣਾ ਕਹਿੰਦਾ ਹਾਂ ਸਹੀ ਗੱਲ ਆ ਲਓ ਜੀ ਚਾਹ ਪੀਣ ਤੋਂ ਬਾਅਦ ਆਪਾਂ ਆ ਗਿਆ ਆਪਣੇ ਲਾਸਟ ਵਾਲੇ ਫਲੋਰ ਦੇ ਉੱਪਰ ਜਿੰਨੇ ਕੁ ਜੋਗੇ ਸੀਗੇ ਉਨੀਆਂ ਕੁ ਲਾਈਟਾਂ ਲਾ ਦੇਣੀਆਂ ਨੇ ਆਪਾਂ ਨੇ ਬਾਕੀ ਦੀਆਂ ਆਪਾਂ ਇਲੈਕਟ੍ਰੀਸ਼ਨ ਨੂੰ ਫੋਨ ਕੀਤਾ ਉਹ ਲਗਾ ਕੇ ਜਾਊਗਾ ਕੱਲ ਅੱਜ ਅਸੀਂ ਲੜੀ ਲੈ ਕੇ ਆਈਆਂ ਸੀ ਇੱਕ ਕਲਰਫੁੱਲ ਉਹ ਮੈਂ ਤੇ ਜਸਵਿੰਦਰ ਲਾਉਣ ਲੱਗੇ ਹੋਏ ਆ ਕਿਉਂਕਿ ਉਹ ਈਜ਼ੀ ਹੋ ਸੀ ਇਹਦੇ ਨਾਲ ਬੰਨ ਬੰਨ ਕੇ ਬਸ ਟੇਪ ਹੀ ਕਰਨੀ ਸੀ ਉਹਨੂੰ ਦੇਖੋ ਲੜੀਆਂ ਲਾਉਣ ਲਈ ਕੀ ਸੰਘਰਸ਼ ਕਰਨਾ ਪੈਂਦਾ ਅੱਗੇ ਮੈਂ ਦੁਸ਼ਹਿਰੇ ਤੋਂ ਬਾਹਰ ਲਵਾ ਦਿੰਦੀ ਇੱਧਰੋਂ ਨੀਵਾਂ ਬਹੁਤ ਆ ਸਾਰੀ ਕਲੋਨੀ ਦੀਦੀ ਆ ਹੁਣ ਆਪਾਂ ਇਹ ਤਾਰ ਜੀ ਅਟੈਚ ਕਰਕੇ ਉਹਨੂੰ ਕਰ ਦਈਏ ਜੋਹਨ ਦੇ ਕਿੱਥੇ ਫਿਰਦਾ ਗੇੜੇ ਕੱਢਦਾ
ਲਓ ਜੀ ਟਾਈਮ ਹੋ ਗਿਆ 7:45 ਦਾ ਤੇ ਆਪਾਂ ਨੀਚੇ ਸੀ ਹਜੇ ਬਟ ਅੰਦਰ ਜੀ ਦੇਖ ਰਹੇ ਨੇ ਕਸਟਮਰ ਮੇਰੀ ਕੰਪੈਸਿਟੀ ਮੁੱਕ ਚੁੱਕੀ ਹੈ ਹੁਣ ਖੜਨ ਦੀ ਮੈਨੂੰ ਫੀਵਰ ਵੀ ਲੱਗ ਰਿਹਾ ਕਾਫੀ ਤੇਜ਼ ਸੋ ਚਲੋ ਇਸ ਤੋਂ ਪਹਿਲਾਂ ਕਿ ਦੀਵਾਲੀ ਦੇ ਵਿੱਚ ਮੈਂ ਜ਼ਿਆਦਾ ਅਲਜਵਾ ਫੀਵਰ ਦੇ ਨਾਲ ਮੈਂ ਚੱਲਦੀ ਹਾਂ ਉੱਪਰ ਅਤੇ ਆਪਣਾ ਫਰੈਸ਼ ਅਪ ਹੋ ਕੇ ਜਦ ਤੱਕ ਅੰਦਰ ਜੀਤਾ ਜਾਣਗੇ ਮੈਂ ਹੁਣ 2 ਦਿਨ ਰੈਸਟ 'ਤੇ ਹੀ ਰਹੂੰਗੀ ਕੋਸ਼ਿਸ਼ ਕਰਾਂਗੀ ਬਟ ਕੱਲ੍ਹ ਫਿਰ ਮੇਰੇ ਕਿੰਨੇ ਕੰਮ ਪੈਂਡਿੰਗ ਪਏ ਨੇ ਕਸਟਮਰ ਆ ਗਏ ਸੀ ਬਟ ਮੈਂ ਬਹੁਤ ਮੁਸ਼ਕਲ ਨਾਲ ਕਸਟਮਰ ਅਟੈਂਡ ਕਰਕੇ ਆਈ ਹਾਂ ਮੈਥੋਂ ਖੜਿਆ ਵੀ ਨਹੀਂ ਜਾ ਰਿਹਾ ਕਿਉਂਕਿ ਮੈਨੂੰ ਤਕਰੀਬਨ ਪਤਾ ਹੀ ਨਹੀਂ ਕਿੰਨਾ ਮੇਰੇ ਹਿਸਾਬ ਨਾਲ ਜਦੋਂ ਤੋਂ ਮੈਂ ਧੀਆਂ ਦਾ ਫੰਕਸ਼ਨ ਕੀਤਾ ਸੀਗਾ ਉਦੋਂ ਤੋਂ ਲਗਾਤਾਰ ਮੈਨੂੰ ਇੰਨਾ ਜ਼ਿਆਦਾ ਕੰਮ ਰਹਿੰਦਾ ਬਸ ਪੁੱਛੋ ਨਾ ਸ਼ਾਇਦ ਆ ਦੀਵਾਲੀ ਲੰਘੀ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਫ੍ਰੀ ਹੋ ਜਾਵਾਂ ਅਤੇ ਆਪਣੇ ਆਪ ਲਈ ਟਾਈਮ ਕੱਢਾਂ ਕਿਉਂਕਿ 1.5-2 ਮਹੀਨੇ ਹੋ ਗਏ ਮੇਰੀ ਮੈਡੀਸਨ ਹੈ ਜਿਹੜੀ ਉਹ ਵੀ ਨਹੀਂ ਕੰਟੀਨਿਊ ਹੋ ਰਹੀ ਹੈਗੀ ਮੈਂ ਡਾਕਟਰ ਕੋਲ ਗਈ ਹੀ ਨਹੀਂ ਉਹਨਾਂ ਦੇ ਮੈਸੇਜ ਆਈ ਜਾ ਰਿਹਾ ਸੋ ਮੈਂ ਪਰਸੋਂ ਦੀ ਅਪੁਆਇੰਟਮੈਂਟ ਲਈ ਹੋਈ ਹੈ ਉਹਨਾਂ ਤੋਂ ਪਰਸੋਂ ਮੈਂ ਉੱਥੇ ਵੀ ਜਾਣਾ ਆ ਔਰ ਬਸ ਹੁਣ ਇੰਦਰ ਜੀ ਦੀ ਵੇਟ ਆ ਜਲਦੀ ਉਹ ਆਪਣਾ ਕੰਮ ਕਰਕੇ ਨਿਪਟਾ ਕੇ ਸਾਰਾ ਉੱਪਰ ਆਉਣ ਅਤੇ ਫਿਰ ਡਿਨਰ ਕਰੀਏ ਔਰ ਫਿਰ ਪਈਏ ਕਿਉਂਕਿ ਅੱਜ ਪਤਾ ਨਹੀਂ ਸਰ ਸ਼ਹਿਰ ਮਾਰਕੀਟ ਓ ਮਾਈ ਗੋਡ ਇੰਨਾ ਜ਼ਿਆਦਾ ਟ੍ਰੈਫਿਕ ਇੰਨਾ ਪੋਲਿਊਸ਼ਨ ਅਤੇ ਉੱਥੋਂ ਆ ਕੇ ਹੀ ਮੈਨੂੰ ਕੁਛ ਹੋ ਗਿਆ ਅਤੇ ਮੈਨੂੰ ਕੁਛ ਖਾਣ ਦਾ ਮਨ ਵੀ ਨਹੀਂ ਕਰ ਰਿਹਾ ਹੈਗਾ ਭੁੱਖ ਵੀ ਨਹੀਂ ਲੱਗ ਰਹੀ ਹੈਗੀ ਹੋਰ ਇੱਕ ਤਰ੍ਹਾਂ ਦਾ ਫੀਲ ਜਿਹਾ ਹੋ ਹੀ ਜਾ ਰਿਹਾ ਕਿਉਂਕਿ ਇੰਨਾ ਜ਼ਿਆਦਾ ਪੋਲਿਊਸ਼ਨ ਆ ਨਾ ਬਹੁਤ ਜ਼ਿਆਦਾ ਸਾਰੀ ਦੁਨੀਆ ਹੀ ਬੜਾ ਫਿਰਦੀ ਆ ਬਾਜ਼ਾਰ ਦੇ ਵਿੱਚ ਇਸ ਲਈ ਅੰਦਰ ਜਿੱਦਾਂ ਹੁਣ ਮੈਨੂੰ ਕਹਿਣ ਲੱਗ ਜਾਂਦੇ ਆ ਕਿ ਇੰਨੀ ਟ੍ਰੈਫਿਕ ਆ ਤੂੰ ਚਲੀ ਜਾਂਦੀ ਆ ਐਕਟਿਵਾ 'ਤੇ ਇੱਦਾਂ ਕਿ ਨਾ ਜਾਇਆ ਕਰ ਦੀਵਾਲੀ ਲਾਗੇ ਜ਼ਿਆਦਾ ਟ੍ਰੈਫਿਕ ਹੁੰਦੀ ਆ ਬਟ ਕੰਮ ਵੀ ਬਹੁਤ ਜ਼ਰੂਰੀ ਹੁੰਦੇ ਆ ਅਤੇ ਇੱਧਰ ਵੀ ਨਹੀਂ ਕੋਈ ਫ੍ਰੀ ਹੁੰਦਾ ਕਿ ਆਪਾਂ ਗੱਡੀ ਦੇ ਵਿੱਚ ਲੈ ਜਾਈਏ ਕਿਸੇ ਨੂੰ ਸੋ ਚਲੋ ਜੀ ਆਪਣੇ ਕੰਮ ਆਪ ਕਰਨੇ ਚਾਹੀਦੇ ਆ ਵੈਸੇ ਤਾਂ ਬੈਸਟ ਹੈ ਬਾਕੀ ਲੋਕਾਂ ਦਾ ਕੀ ਆ ਲੋਕਾਂ ਦਾ ਤਾਂ ਕੰਮ ਹੈ ਕਹਿਣਾ ਕਿਸੇ ਨੇ ਕੁਛ ਨਾ ਕੁਛ ਤਾਂ ਕਹਿਣਾ ਹੀ ਆ ਬਟ ਇੰਡੀਪੈਂਡੈਂਟ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਅਤੇ ਜਦੋਂ ਤੁਹਾਡਾ ਜੀਵਨ ਸਾਥੀ ਹੈ ਜੋ ਚਾਹੇ ਹਸਬੈਂਡ ਆ ਵਾਈਫ ਆ ਤੁਸੀਂ ਇੱਕ ਦੂਜੇ ਦਾ ਸਾਥ ਦਿੰਦੇ ਹੋ ਤਾਂ ਫਿਰ ਤੁਹਾਨੂੰ ਲੋਕਾਂ ਦੀ ਗੱਲ ਦੀ ਪਰਵਾਹ ਕਰਨੀ ਅਤੇ ਲੋਕਾਂ ਦੀ ਗੱਲ ਸੁਣਨੀ ਇਗਨੋਰ ਕਰਨੀ ਚਾਹੀਦੀ ਆ ਲਾਈਕਾਂ ਵੀ ਮੈਂ ਬਹੁਤ ਇਗਨੋਰ ਕਰਦੀ ਹਾਂ ਸਭ ਕੁਛ ਕਿਉਂਕਿ ਜਦ ਮੇਰੀ ਅਤੇ ਇੰਦਰਜੀਤ ਦੀ ਬੌਂਡਿੰਗ ਅੱਛੀ ਹੈ ਤਾਂ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਖੁੱਲ੍ਹ ਕੇ ਆਪਣੀ ਜ਼ਿੰਦਗੀ ਜਿਉਵੋ ਔਰ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਓ ਬਸ ਮੇਰਾ ਵੀ ਇਹੀ ਏਮ ਰਹਿੰਦਾ ਕਿ ਮੈਂ ਖੁੱਲ੍ਹ ਕੇ ਆਪਣੀ ਜ਼ਿੰਦਗੀ ਜਿਉਵਾਂ ਅਤੇ ਆਪਣੇ ਬੱਚਿਆਂ ਨੂੰ ਵੀ ਖੁੱਲ੍ਹ ਕੇ ਜ਼ਿੰਦਗੀ ਜਿਉਣ ਬਾਰੇ ਸਿਖਾਵਾਂ ਪੈਸੇ ਦਾ ਕੀ ਆ ਪੈਸਾ ਆਉਂਦਾ ਜਾਂਦਾ ਰਹਿੰਦਾ ਬਟ ਰਿਸ਼ਤੇ ਨੇ ਉਹ ਕਦੇ ਮਿਲਦੇ ਨਹੀਂ ਹੈਗੇ ਪਰ ਇਹ ਕੁਛ ਕੁ ਲੋਕਾਂ ਨੂੰ ਹੀ ਸਮਝ ਆਉਂਦੀ ਹੈ ਇਹ ਚੀਜ਼ ਜੋ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਨੇ ਅਗਰ ਬਹੁਤ ਸਾਰੇ ਲੋਕ ਨੇ ਜਿਹੜੇ ਜੈਲਸੀਆਂ ਕਰਕੇ ਹੀ ਆਪਣੇ ਸਾਰੇ ਰਿਸ਼ਤੇ ਵਿਗਾੜ ਲੈਂਦੇ ਨੇ ਪਰ ਮਿਲਦਾ ਕੁਛ ਨਹੀਂ ਕਿਸੇ ਨੂੰ ਵੀ ਇੱਕ ਦੂਜੇ ਤੋਂ ਜੈਲਸੀ ਕਰਕੇ ਸਗੋਂ ਜੋ ਬੰਦਾ ਜੈਲਸੀ ਕਰਦਾ ਉਹ ਆਪਣੀ ਕਦਰ ਆਪ ਘਟਾ ਲੈਂਦਾ ਸਾਰੇ ਹੀ ਰਿਸ਼ਤਿਆਂ ਦੇ ਵਿੱਚ ਮੈਂ ਨਹੀਂ ਕਹਿੰਦੀ ਕਿ ਇੱਕ ਬੰਦੇ ਤੋਂ ਜੈਲਸੀ ਕਰਕੇ ਇੱਕ ਨਾਲ ਘਟਾ ਲੈਂਦਾ ਸੋ ਉਹਨੂੰ ਸਾਰੇ ਹੀ ਇਗਨੋਰ ਕਰਨਾ ਸਟਾਰਟ ਕਰ ਦਿੰਦੇ ਨੇ ਤੋ ਆਪਣੀ ਕਦਰ ਆਪ ਕਰਾਉਣਾ ਵਟ ਐਵਰ ਆਪਾਂ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਉਂਦੇ ਹਾਂ ਅਤੇ ਖੁੱਲ੍ਹ ਕੇ ਸ਼ੋਪਿੰਗ ਕਰਦੇ ਹਾਂ ਖੁੱਲ੍ਹ ਕੇ ਨਜ਼ਾਰੇ ਲਈਦੇ ਨੇ ਸੋ ਚਲੋ ਹੁਣ ਆਪਾਂ ਡਿਨਰ ਕਰਕੇ ਦਵਾਈ ਲਈਏ ਤਾਂ ਕਿ ਫਿਰ ਦੀਵਾਲੀ ਤੱਕ ਦੇ ਖੁੱਲ੍ਹ ਕੇ ਜ਼ਿੰਦਗੀ ਜਿਉਈਏ ਅਤੇ ਦੀਵਾਲੀ ਨੂੰ ਵੀ ਆਪਾਂ ਖੁੱਲ੍ਹ ਕੇ ਇੰਜੋਏ ਕਰੀਏ 2 ਦਿਨ ਰਹਿ ਗਏ ਮੇਰਾ ਫੇਵਰੇਟ ਫੈਸਟੀਵਲ ਹੈ ਫਾਈਨਲੀ ਆਪਣੀਆਂ ਲਗਾਈਆਂ ਹੋਈਆਂ ਲੜੀਆਂ ਚੱਲ ਹੀ ਪਈਆਂ ਸੋਹਣੀਆਂ ਲੱਗਦੀਆਂ ਨੇ ਇਕੱਲੀਆਂ ਇਕੱਲੀਆਂ ਜੀਆਂ ਅਤੇ ਉੱਧਰ ਵੀ ਲਗਾ ਦਿੱਤੀਆਂ ਕੱਲ੍ਹ ਆਪਾਂ ਨੀਚੇ ਵੀ ਲਗਾਉਣੀਆਂ ਨੇ ਇਕੱਲਾ ਇਕੱਲਾ ਤਾਂ ਤਾਰਾ ਵਧੀਆ ਲੱਗਦਾ ਉੱਥੋਂ ਇਹ ਸਾਰੇ ਬਨੇਰੇ 'ਤੇ ਆ ਗਈ ਕਾਫੀ ਲੰਬੀ ਲੜੀ ਸੀ 280 ਦੀ ਲੈ ਕੇ ਆਈ ਸੀ ਮੈਂ 60 ਮੀਟਰ ਅੱਛੀ ਲੱਗ ਰਹੀ ਹੈ ਨੀਚਿਓਂ ਵੀ ਰੰਗ ਬਿਰੰਗੀ ਕੱਲ੍ਹ ਨੀਚੇ ਵੀ ਸਾਰੀਆਂ ਲੱਗ ਲਓ ਜੀ ਟਾਈਮ ਹੋ ਗਿਆ 9:15 ਦਾ ਅਤੇ ਘੰਟੇ ਦੇ ਵਿੱਚ ਆਪਾਂ ਆਪਣੇ ਸਾਰਾ ਕੰਮ ਕਰ ਲਿਆ ਮੇਰਾ ਹੈਡੇਕ ਵੀ ਬਹੁਤ ਜ਼ਿਆਦਾ ਹੋਣ ਲੱਗ ਗਿਆ ਅਤੇ ਕੱਲ੍ਹ ਮੋਰਨਿੰਗ ਤੱਕ ਠੀਕ ਹੋ ਜਾਵੇ ਫੀਵਰ ਅਗਰ ਠੀਕ ਨਾ ਹੋਇਆ ਤਾਂ ਫਿਰ ਡਾਕਟਰ ਕੋਲ ਜਾਣਾ ਪੈਣਾ ਚਲੋ ਕੋਈ ਨਹੀਂ ਕੱਲ੍ਹ ਤਾਂ ਵਧੀਆ ਹੀ ਦਵਾਈ ਲਵਾਂਗੇ ਕਿਉਂਕਿ ਦੀਵਾਲੀ ਦੇ ਵਿੱਚ 2 ਦਿਨ ਰਹਿ ਗਏ ਅਤੇ ਦੀਵਾਲੀ ਤੱਕ ਤਾਂ ਆਪਾਂ ਠੀਕ ਹੋਣਾ ਹੀ ਪੈਣਾ ਕਿਸੇ ਵੀ ਹਾਲਤ ਦੇ ਵਿੱਚ ਦਵਾਈ ਨੂੰ ਸੋਰੀ ਦੀਵਾਲੀ ਨੂੰ ਨਹੀਂ ਆਪਾਂ ਸੁਸਤੀ ਪਾ ਕੇ ਰਹਿ ਸਕਦੇ ਹੈਗੇ ਸੋ ਚਲੋ ਜੀ ਹੁਣ ਮੈਂ ਫੋਨ ਰੱਖ ਕੇ ਕਰਾਂ ਰੈਸਟ
क्योंकि मेरा फोन चलाउण दा भी मन नहीं कर रहा। बस मैनूं इह कि मैं सौं जावां हुण ते सौं के रेस्ट करके थोड़ा ठीक हो जावे मॉर्निंग तक फीवर। सो चलो जी, इस दे नाल ही अज दी वीडियो दी इत्थे करदे आं आपां एंडिंग। उम्मीद करदे आं तुहानूं वीडियो पसंद आई होवेगी। वीडियो लाइक कमेंट शेयर जरूर करना और साडी दिवाली सैलीब्रेशन देखण दे लई चैनल नूं सबसक्राइब जरूर कर लेना। थैंक यू, गुड नाइट।